ਜਿੱਥੇ ਇਸ ਗੱਲ ਦਾ ਸ਼੍ਰੇ ਇਸ ਵਕਤ ਦੀ ਸਰਕਾਰ ਨੂੰ ਦਿੱਤਾ ਜਾ ਰਿਹਾ ਕਿ ਮੰਦਰ ਦੇ ਨੂੰ ਦੇ ਨਿਰਮਾਣ ਲਈ, ਮੰਦਰ ਨੂੰ ਬਣਾਉਣ ਦੇ ਲਈ ਉਹਨਾਂ ਦਾ ਜਿਹੜਾ ਪ੍ਰਯਾਸ ਕੀਤਾ ਗਿਆ, ਉਹਨਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਵੀ ਉਹਨਾਂ ਨੇ ਮਾਰਗ ਪ੍ਰਸ਼ਸਤ ਕੀਤਾ। ਯਾਦ ਕਰਨਾ ਚਾਹੀਦਾ ਉਹਨਾਂ ਨੂੰ, ਸੁਪਰੀਮ ਕੋਰਟ ਦੇ ਜੱਜ ਸਾਹਿਬ ਨੂੰ, ਜਿਨ੍ਹਾਂ ਜੱਜਾਂ ਨੇ 8 ਤੋਂ 10 ਮਹੀਨੇ ਅਯੋਧਿਆ ਚ ਬੈਠ ਕੇ ਸ਼੍ਰੀ ਰਾਮ ਜਨਮ ਭੂਮੀ ਦੀ ਜਿਹੜੀ ਸੰਘਰਸ਼ ਸੀਗਾ, ਜਿਹੜੀ ਲੜਾਈ ਸੀ, ਜਿਹੜਾ ਕੋਰਟ ਚ ਕੇਸ ਚੱਲ ਰਿਹਾ ਸੀ, ਉਹਦੀ ਬਹਿ ਕੇ ਸੁਣਵਾਈ ਕੀਤੀ। ਪ੍ਰਭੂ ਸ਼੍ਰੀ ਰਾਮ ਜੀ ਦਾ ਘਰ ਅਗਰ ਅਯੋਧਿਆ ਦੀ ਜਨਮ ਸਥਲੀ ਚ ਸੀਗਾ ਤਾਂ ਉਹਨਾਂ ਨੇ ਨਿਡਰ ਹੋ ਕੇ, ਨਿਸ਼ਪਕਸ਼ ਹੋ ਕੇ ਉਹ ਫੈਸਲਾ ਕੀਤਾ। ਦੂਜੇ ਪਾਸੇ ਜਿਹੜਾ ਦੂਜੇ ਸਮੁਦਾਇ ਦਾ ਸੀਗਾ, ਉਹਨਾਂ ਨੂੰ ਵੀ ਉਹਨਾਂ ਦੀ ਬੰਦੀ ਜਗ੍ਹਾ ਦਿੱਤੀ। ਜਿੱਥੇ ਸਾਰੇ ਦੇਸ਼ ਦੇ ਵਿੱਚ ਅਯੋਧਿਆ ਵਿੱਚ ਭਗਵਾਨ ਸ਼੍ਰੀ ਰਾਮ ਜੀ ਦਾ ਮੰਦਰ ਦਾ ਸ਼ੁਭਾਰੰਭ ਹੋਣ ਜਾਣ ਦੀ ਖੁਸ਼ੀਆਂ ਮਨਾਈਆਂ ਜਾ ਰਹੀਆਂ, ਉੱਥੇ ਇੱਕ ਗੱਲ ਹੋਰ ਮੇਰੇ ਮਨ ਚ ਆਈ, ਮੈਂ ਸੋਚਿਆ ਤੁਹਾਡੇ ਨਾਲ ਸਭ ਨਾਲ ਸਾਂਝੀ ਕਰਾਂ। ਜਿੱਥੇ ਇਸ ਗੱਲ ਦਾ ਸ਼੍ਰੇ ਇਸ ਵਕਤ ਦੀ ਸਰਕਾਰ ਨੂੰ ਦਿੱਤਾ ਜਾ ਰਿਹਾ ਕਿ ਮੰਦਰ ਦੇ ਨੂੰ ਦੇ ਨਿਰਮਾਣ ਲਈ, ਮੰਦਰ ਨੂੰ ਬਣਾਉਣ ਦੇ ਲਈ ਉਹਨਾਂ ਦਾ ਜਿਹੜਾ ਪ੍ਰਯਾਸ ਕੀਤਾ ਗਿਆ, ਉਹਨਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਵੀ ਉਹਨਾਂ ਨੇ ਮਾਰਗ ਪ੍ਰਸ਼ਸਤ ਕੀਤਾ। ਦੂਜੇ ਪਾਸੇ ਵਧਾਈ ਦੇ ਪਾਤਰ ਅਸਲੀ ਉਹ ਵੀ ਨੇ ਜਿਹਨਾਂ ਨੂੰ ਬਿਲਕੁਲ ਅਸੀਂ ਲੋਕ ਨਜ਼ਰਅੰਦਾਜ਼ ਕਰ ਰਹੇ ਹਾਂ, ਦੇਸ਼ ਵਾਸੀ ਨਜ਼ਰਅੰਦਾਜ਼ ਕਰ ਰਹੇ ਹਾਂ, ਯਾਦ ਨਹੀਂ ਕਰ ਰਹੇ। ਯਾਦ ਕਰਨਾ ਚਾਹੀਦਾ ਉਹਨਾਂ ਨੂੰ, ਸੁਪਰੀਮ ਕੋਰਟ ਦੇ ਜੱਜ ਸਾਹਿਬ ਨੂੰ, ਜਿਨ੍ਹਾਂ ਜੱਜਾਂ ਨੇ 8 ਤੋਂ 10 ਮਹੀਨੇ ਅਯੋਧਿਆ ਚ ਬੈਠ ਕੇ ਸ਼੍ਰੀ ਰਾਮ ਜਨਮ ਭੂਮੀ ਦੀ ਜਿਹੜੀ ਸੰਘਰਸ਼ ਸੀਗਾ, ਜਿਹੜੀ ਲੜਾਈ ਸੀ, ਜਿਹੜਾ ਕੋਰਟ ਚ ਕੇਸ ਚੱਲ ਰਿਹਾ ਸੀ, ਉਹਦੀ ਬਹਿ ਕੇ ਸੁਣਵਾਈ ਕੀਤੀ। ਬਿਲਕੁਲ ਉਹਨਾਂ ਨੇ ਨਿਸ਼ਪਕਸ਼ ਹੋ ਕੇ ਨਿਡਰ ਹੋ ਕੇ ਫੈਸਲਾ ਦਿੱਤਾ, ਜਿਸ ਨੂੰ ਜਿਹਦਾ ਬੰਦਾ ਹੱਕ ਸੀ ਉਹ ਦਿੱਤਾ ਗਿਆ। ਪ੍ਰਭੂ ਸ਼੍ਰੀ ਰਾਮ ਜੀ ਦਾ ਘਰ ਅਗਰ ਅਯੋਧਿਆ ਦੀ ਜਨਮ ਸਥਲੀ ਚ ਸੀਗਾ ਤਾਂ ਉਹਨਾਂ ਨੇ ਨਿਡਰ ਹੋ ਕੇ, ਨਿਸ਼ਪਕਸ਼ ਹੋ ਕੇ ਉਹ ਫੈਸਲਾ ਕੀਤਾ। ਦੂਜੇ ਪਾਸੇ ਜਿਹੜਾ ਦੂਜੇ ਸਮੁਦਾਇ ਦਾ ਸੀਗਾ, ਉਹਨਾਂ ਨੂੰ ਵੀ ਉਹਨਾਂ ਦੀ ਬੰਦੀ ਜਗ੍ਹਾ ਦਿੱਤੀ। ਦੇਖੋ ਜਦੋਂ ਦਾ ਫੈਸਲਾ ਆਇਆ, ਸੁਪਰੀਮ ਕੋਰਟ ਦੁਆਰਾ ਫੈਸਲਾ ਦਿੱਤਾ ਗਿਆ, ਸਰਕਾਰ ਦੀ ਵੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ ਵੀ ਕਿਤੇ ਵੀ ਸ਼੍ਰੀ ਰਾਮ ਜੀ ਦੇ ਮੰਦਰ ਨੂੰ ਲੈ ਕੇ ਕਿਤੇ ਵੀ ਕੋਈ ਵਿਵਾਦ ਨਹੀਂ ਹੋਇਆ। ਨਹੀਂ ਤੇ ਕੀ ਹੁੰਦਾ ਸੀਗਾ, ਫੈਸਲੇ ਹੁੰਦੇ ਸੀਗੇ, ਫੈਸਲੇ ਦਿੱਤੇ ਜਾਂਦੇ ਸੀਗੇ, ਵਿਵਾਦ ਦਾ ਰੂਪ ਲੈ ਲਿੱਤਾ ਜਾਂਦਾ ਸੀਗਾ, ਕਿਤੇ ਦੰਗੇ ਹੋਣੇ, ਕਿਤੇ ਕੁਛ ਹੋਣਾ, ਕਿਤੇ ਧਰਨੇ ਲੱਗਣੇ, ਕਿਤੇ ਪ੍ਰਦਰਸ਼ਨ ਹੋਣੇ। ਪਰ ਜਦੋਂ ਦਾ ਮਾਨਣੀ ਸੁਪਰੀਮ ਕੋਰਟ ਦੇ ਜੱਜ ਸਾਹਿਬ ਨੇ ਫੈਸਲੇ ਦਿੱਤੇ ਨੇ, ਉਸ ਤੋਂ ਬਾਅਦ ਸਾਰੇ ਦੇਸ਼ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ। ਅੱਜ ਜਦੋਂ 22 ਜਨਵਰੀ ਨੂੰ ਪ੍ਰਭੂ ਸ਼੍ਰੀ ਰਾਮ ਜੀ ਦੇ ਮੰਦਰ ਦਾ ਸ਼ੁਭਾਰੰਭ ਹੋਣ ਜਾ ਰਿਹਾ, ਜਿੱਥੇ ਸਾਰਾ ਦੇਸ਼, ਜਿੱਥੇ ਰਾਮ ਭਗਤ ਖੁਸ਼ੀ ਮਨਾ ਰਹੇ ਨੇ, ਜਿੱਥੇ ਸਨਾਤਨ ਧਰਮ ਦੇ ਲੋਕ ਖੁਸ਼ੀ ਮਨਾ ਰਹੇ ਨੇ, ਹਰ ਵਰਗ, ਹਰ ਖੇਤਰ, ਦੇਸ਼ ਦੇ ਹਰ ਪ੍ਰਦੇਸ਼, ਹਰ ਸਮਾਜ ਦਾ ਵਰਗ, ਹਰ ਸਮੁਦਾਇ ਉਸ ਗੱਲ ਦੀ ਸਰਾਹਨਾ ਕਰ ਰਿਹਾ ਵੀ ਪ੍ਰਭੂ ਨੂੰ, ਪ੍ਰਭੂ ਸ਼੍ਰੀ ਰਾਮ ਸ੍ਰਿਸ਼ਟੀ ਦੇ ਮਾਲਕ ਨੂੰ ਉਹਨਾਂ ਦਾ ਘਰ ਮਿਲਣ ਜਾ ਰਿਹਾ। ਬੜੀ ਖੁਸ਼ੀ ਹੈ ਜਿੱਥੇ ਹਿੰਦੂ ਸਿੱਖ ਮੋਰਚੇ ਨੂੰ, ਸ਼ਿਵ ਸੈਨਾ ਪੰਜਾਬ ਦੇ ਲੋਕਾਂ ਨੂੰ, ਜਿੱਥੇ ਹਿੰਦੂ ਸਮਾਜ ਨੂੰ ਖੁਸ਼ੀ ਹੈ, ਉੱਥੇ ਸਾਰੇ ਧਰਮ ਦੇ ਲੋਕ ਵੀ ਖੁਸ਼ੀ ਮਨਾ ਰਹੇ ਨੇ ਵੀ ਕਿਸ ਪ੍ਰਭੂ ਦੇ, ਜਿਸ ਧਰਤੀ ਤੇ ਸਾਡੇ ਦੇਵੀ ਦੇਵਤੇ ਪੈਦਾ ਹੋਏ, ਜਿਸ
ਤੇ ਸਾਡੇ ਨੇ ਜਨਮ ਲਿੱਤਾ, ਜਿਸ ਦੇ ਧਰਤੀ ਦੇ ਉੱਤੇ ਰਹਿ ਕੇ ਸਾਡੇ ਦੇਵੀ ਦੇਵਤਿਆਂ ਨੇ ਸਮਾਜ ਦਾ ਕਲਿਆਣ ਕੀਤਾ, ਧਰਮ ਦਾ ਕਲਿਆਣ ਕੀਤਾ, ਉਸ ਪ੍ਰਭੂ ਨੂੰ, ਸ੍ਰਿਸ਼ਟੀ ਰਚੇਤਾ ਨੂੰ, ਪ੍ਰਭੂ ਸ਼੍ਰੀ ਰਾਮ ਜੀ ਨੂੰ ਉਹਨਾਂ ਦਾ ਘਰ ਮਿਲਣ ਜਾ ਰਿਹਾ। ਬਿਲਕੁਲ ਹਿੰਦੂ ਸਿੱਖ ਮੋਰਚੇ ਦੁਆਰਾ ਸ਼੍ਰੀ ਰਾਮ ਯਾਤਰਾ ਕੱਢੀ ਗਈ 21-17 ਜਨਵਰੀ ਨੂੰ ਲੁਧਿਆਣੇ ਵਿੱਚ, ਜਿਸ ਦੇ ਉਤਸਾਹ ਦੇ ਨਾਲ ਲੋਕਾਂ ਨੇ ਸਵਾਗਤ ਕੀਤਾ ਪ੍ਰਭੂ ਸ਼੍ਰੀ ਰਾਮ ਜੀ ਦਾ। ਪ੍ਰਭੂ ਸ਼੍ਰੀ ਰਾਮ ਜੀ ਲੁਧਿਆਣਾ ਨਗਰ ਭ੍ਰਮਣ ਚ ਨਿਕਲੇ ਸੀਗੇ, ਲੋਕਾਂ ਨੇ ਤਨ ਮਨ ਧਨ ਦੇ ਨਾਲ ਸਵਾਗਤ ਕੀਤਾ, ਖੁਸ਼ੀ ਦੀ ਲਹਿਰ, ਫੁੱਲਾਂ ਦਾ ਬਰਸ਼ਾ, ਰੁਕਣ ਦਾ ਨਾਮ ਨਹੀਂ ਲੈ ਰਹੀ ਸੀ। ਮੈਂ ਸਾਰਿਆਂ ਦਾ ਹੀ ਧੰਨਵਾਦ ਕਰਨਾ ਚਾਹਾਂਗਾ, ਸੁਪਰੀਮ ਕੋਰਟ ਦੇ ਜੱਜਾਂ ਦਾ ਵੀ, ਸਰਕਾਰ ਦਾ ਵੀ, ਆਮ ਲੋਕਾਂ ਦਾ ਵੀ, ਪ੍ਰਭੂ ਰਾਮ ਦੇ ਭਗਤਾਂ ਦਾ ਵੀ, ਜਿਨ੍ਹਾਂ ਨੇ ਪ੍ਰਭੂ ਸ਼੍ਰੀ ਰਾਮ ਜੀ ਦੇ ਮੰਦਰ ਬਣਨ ਦੀ ਖੁਸ਼ੀ ਦੇ ਵਿੱਚ ਪ੍ਰੋਗਰਾਮ ਰੱਖੇ ਨੇ, ਆਤਿਸ਼ਬਾਜ਼ੀ ਕਰ ਰਿਹਾ, ਕੋਈ ਲੰਗਰ ਲਾ ਰਿਹਾ, ਕੋਈ ਭਜਨ ਸੰਧਿਆ ਕਰ ਰਿਹਾ, ਵੱਡੀ ਵੱਡੀ ਸਕਰੀਨਾਂ ਲਾ ਕੇ ਲੋਕਾਂ ਨੂੰ ਉੱਥੇ ਦਾ ਪ੍ਰੋਗਰਾਮ ਦਿਖਾਇਆ ਜਾਏਗਾ। ਉੱਥੇ ਸ਼੍ਰੀ ਰਾਮ ਯਾਤਰਾ ਦਾ ਸਵਾਗਤ ਕਰਨ ਵਾਲੇ ਲੋਕਾਂ ਦੀ ਵੀ ਦਾ ਵੀ ਮੈਂ ਧੰਨਵਾਦ ਕਰਾਂਗਾ। ਜੈ ਵੀਰ ਬਜਰੰਗੇ, ਹਰ ਹਰ ਮਹਾਦੇਵ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਜੈ ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਜੈ